ਅੱਜ ਦਿਨ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਨਸ਼ੇ ਦੀ ਵੀਡੀਓ ਵਾਇਰਲ ਹੁੰਦੀ ਹੈ, ਜਿਸ ਤੋਂ ਬਾਅਦ ਲੋਕ ਇੱਕ ਵਾਰੀ ਫਿਰ ਪੁਲਿਸ ਮਹਿਕਮੇ ਅਤੇ ਸਰਕਾਰ ਦੇ ਸਵਾਲ ਚੁੱਕਦੇ ਨਜ਼ਰ ਆਉਂਦੇ ਆ। ਸੋ ਕੱਲ੍ਹ ਪਰਸੋਂ ਦੇਰ ਸ਼ਾਮ ਵੀ ਇੱਕ ਲੜਕੀ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਦੇ ਵਿੱਚ ਲੜਕੀ ਨਸ਼ੇ ਦੇ ਹਾਲਾਤ ਦੇ ਵਿੱਚ ਨਜ਼ਰ ਆ ਰਹੀ ਸੀ। ਸੋ ਬਲਜਿੰਦਰ ਸਿੰਘ ਇੰਸਪੈਕਟਰ ਸਾਡਾ ਮੌਜੂਦ ਹੈ ਥਾਣਾ ਰਾਮਬਾਗ, ਕਿਉਂਕਿ ਇਹ ਵੀਡੀਓ ਜਿਹੜੀ ਅੰਮ੍ਰਿਤਸਰ ਦੇ ਸਿਟੀ ਸੈਂਟਰ ਦੀ ਸੀ, ਸੋ ਸਿਟੀ ਸੈਂਟਰ ਰਾਮਬਾਗ ਥਾਣੇ ਦੇ ਅੰਦਰ ਆਉਂਦਾ। ਸੋ ਬਲਜਿੰਦਰ ਸਿੰਘ ਜੀ, ਆਏ ਦਿਨ ਵੀਡੀਓ ਵਾਇਰਲ ਹੁੰਦੀ ਆ ਮੈਂ ਨਸ਼ੇ ਦੀਆਂ, ਭਾਵੇਂ ਉਹ ਕੁੜੀਆਂ ਦੀਆਂ ਹੋਣ ਜਾਂ ਮੁੰਡਿਆਂ ਦੀ ਹੋਣ, ਪਰਸੋਂ ਵੀ ਇੱਕ ਵੀਡੀਓ ਵਾਇਰਲ ਹੋਈ ਹੈ, ਉਸਦੇ ਵਿੱਚ ਸਪਸ਼ਟੀਕਰਨ ਕੀ ਹੈ, ਕੀ ਲੱਗਦਾ ਤੁਹਾਨੂੰ? ਦੇਖੋ ਜੀ, ਕਈ ਵਾਰ ਇਹੋ ਜਿਹੀਆਂ ਵੀਡੀਓਜ਼ ਜਿਹੜੀਆਂ ਨੈੱਟ 'ਤੇ ਕੋਈ ਰਾਹਗੀਰ ਜਾਂ ਕਿਸੇ ਵੱਲੋਂ ਬਣਾ ਲਈਆਂ ਜਾਂਦੀਆਂ ਨੇ, ਅਤੇ ਅਸੀਂ ਉਸ ਚੀਜ਼ ਨੂੰ ਵੈਰੀਫਾਈ ਵੀ ਕੀਤਾ ਬਾਅਦ 'ਚੋਂ, ਉਹਦੇ ਬਾਰੇ ਅਸੀਂ ਦੱਸਿਆ ਵੀ ਉਹ ਲੜਕੀ ਜਿਹੜੀ ਸ਼ਰਾਬ ਪੀਣ ਦੀ ਆਦੀ ਸੀ, ਜਿਹੜੀ ਉਸਨੇ ਆਪਣੀ ਲਿਖਤੀ ਮੁਆਫੀ ਵੀ ਉਹਦੀ ਮੰਗੀ ਹੈ। ਤੋ ਅਸੀਂ ਲੋਕਾਂ ਨੂੰ ਵੀ ਇਹੀ ਅਪੀਲ ਕਰਦਾ ਮੈਂ, ਆਮ ਪਬਲਿਕ ਨੂੰ ਵੀ, ਕੋਈ ਵੀ ਇਹੋ ਜਿਹੀ ਚੀਜ਼ ਸਾਹਮਣੇ ਆਉਂਦੀ ਹੈ ਉਹਦੀ ਵੀਡੀਓ ਜਿਹੜੀ ਆ ਅਪਲੋਡ ਕਰਨ ਤੋਂ ਪਹਿਲਾਂ ਉਹਦੇ ਤੱਥ ਵੈਰੀਫਾਈ ਵੀ ਕਰ ਲਏ ਜਾਣ, ਅਤੇ ਜੇ ਕੋਈ ਗੈਰ ਕਾਨੂੰਨੀ ਚੀਜ਼ ਸਾਹਮਣੇ ਆਉਂਦੀ ਹੈ ਅਤੇ ਉਹਨੂੰ ਨੈੱਟ 'ਤੇ ਪੋਸਟ ਕਰਨ ਦੇ ਨਾਲ ਨਾਲ ਜਿਹੜਾ ਪੁਲਿਸ ਨੂੰ ਉਹਦੀ ਜਾਣਕਾਰੀ ਤੁਰੰਤ ਜਿਹੜੀ ਦਿੱਤੀ ਜਾਵੇ, ਤਾਂ ਕਿ ਉੱਤੇ ਬਣਦੀ ਜਿਹੜੀ ਆ ਕਾਨੂੰਨੀ ਕਾਰਵਾਈ ਜਿਹੜੀ ਉਹ ਵੀ ਕੀਤੀ ਜਾ ਸਕੇ ਅਤੇ ਸਮਾਜ ਦੇ ਵਿੱਚ ਇਹੋ ਜਿਹੀ ਕੋਈ ਗਲਤ ਮੈਸੇਜ ਜਿਹੜਾ ਉਹ ਨਾ ਜਾਵੇ। ਕੀ ਲੱਗਦਾ ਕਿ ਇਹੋ ਜਿਹੀ ਮੀਡੀਆ ਜਿਹੜੀ ਵੀਡੀਓ ਵਾਇਰਲ ਹੁੰਦੀ ਆ ਉਹ ਪਬਲਿਕ ਦੇ ਵਿੱਚ ਇੰਪੈਕਟ ਪਾਉਂਦੀਆਂ ਵੈ, ਕੋਈ ਰੋਲ ਅਦਾ ਕਰਦੀਆਂ ਵੈ? ਕਿਉਂਕਿ ਨਸ਼ੇ ਦੇ ਮੁੱਦੇ 'ਤੇ ਸਾਰੀ ਜਿਹੜੇ ਪਾਰਟੀਆਂ ਵੈ, ਆਮ ਲੋਕ ਹੈ, ਰਾਜਨੀਤੀ ਕਰਦੇ ਵੀ ਨਜ਼ਰ ਆਉਂਦੇ, ਕੀ ਲੱਗਦਾ ਕਿ ਲੋਕਾਂ ਦੇ ਵਿੱਚ ਇੰਪੈਕਟ ਪਾਉਂਦੀਆਂ? ਬਿਲਕੁਲ ਜੀ, ਜਿਹੜੀ ਚੀਜ਼ ਵੇਖਣ ਨੂੰ ਗਲਤ ਹੈ ਲੋਕਾਂ ਦੇ ਵੇਖ ਕੇ ਵੀ ਉਸ ਚੀਜ਼ ਨੂੰ ਮਨ 'ਤੇ ਫਰਕ ਤਾਂ ਪੈਂਦਾ ਹੈ ਕਿ ਸਮਾਜ ਵਿੱਚ ਕੀ ਹੋ ਰਿਹਾ ਹੈ। ਬਾਕੀ ਹਰ ਚੀਜ਼ ਦਾ ਜਿਹੜਾ ਸਹੀ ਤੱਥ ਜਾਣਨਾ ਅਤੇ ਪੱਖ ਜਾਣਨਾ ਵੀ ਜਿਹੜਾ ਹੈ, ਦੂਸਰਾ ਪਾਸਾ ਜਾਣਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਬੱਸ ਅੱਡੇ ਦੀ ਗੱਲ ਕਰੀਏ ਤਾਂ ਬੱਸ ਅੱਡਾ ਲਗਾਤਾਰ ਵਿਵਾਦਾਂ 'ਚ ਰਹਿੰਦਾ, ਨਸ਼ੇ ਦੇ ਮੁੱਦੇ ਨੂੰ ਲੈ ਕੇ ਗੱਲ ਕਰੀਏ ਜਾਂ ਫਿਰ ਹੋਰ ਮੁੱਦਿਆਂ ਨੂੰ ਲੈ ਕੇ ਗੱਲ ਕਰੀਏ, ਕਿ ਉੱਥੋਂ ਦੇ ਆਸ ਪਾਸ ਦੇ ਲੋਕਾਂ ਨੂੰ ਜਿਹੜਾ ਨਸ਼ੇ ਨੂੰ ਲੈ ਕੇ ਜਾਗਰੂਕ ਕੀਤਾ ਜਾ ਰਿਹਾ ਲਗਾਤਾਰ? ਬਿਲਕੁਲ ਜੀ, ਸਾਡੀ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਹੈ ਮੁਹਿੰਮ ਲਗਾਤਾਰ ਜਿਹੜੀ ਇਹ ਚੱਲ ਰਹੀ ਹੈ, ਮੈਂ ਰੀਸੈਂਟਲੀ ਹੁਣ ਕੁਝ ਦਿਨ ਪਹਿਲਾਂ ਜੁਆਇਨ ਕੀਤਾ ਆ, ਜਿਹੜੇ ਵੀ ਇੱਥੇ ਕੋਈ ਇਹੋ ਜਿਹੇ ਮੁੱਦੇ ਨੇ ਉਹਨਾਂ ਸਾਰਿਆਂ 'ਤੇ ਜਿਹੜਾ ਵਾ ਕਾਰਵਾਈ ਜਿਹੜੀ ਬਿਲਕੁਲ ਕੀਤੀ ਜਾਵੇਗੀ। ਲੜਕੀ ਨੇ ਕੀ ਕਿਹਾ ਤੁਹਾਨੂੰ? ਲੜਕੀ ਦੇ ਵੱਲੋਂ ਅਸੀਂ ਸਟੇਟਮੈਂਟ ਜਿਹੜੀ ਲਈ ਸੀ, ਉਹ ਸ਼ਰਾਬ ਪੀਣ ਦੀ ਉਹਨੂੰ ਗਲਤ ਸੰਗਤ 'ਚ ਪੈ ਕੇ ਜਿਹੜੀ ਆਦਤ ਲੱਗ ਗਈ ਸੀ, ਉਹਨੇ ਆਪਣੀ ਮਾਫੀ ਮੰਗੀ ਕਿ ਅੱਗੇ ਤੋਂ ਇਹੋ ਜਿਹੀ ਹਰਕਤ ਜਿਹੜੀ ਉਹ ਨਹੀਂ ਹੋਏਗੀ? ਸੋ ਬਿਲਕੁਲ ਮਾਫੀ ਮੰਗੀ ਗਈ ਹੈ ਲੜਕੀ ਦੁਆਰਾ, ਕਿਉਂਕਿ ਉਹ ਸ਼ਰਾਬ ਦੀ ਅਡਿਕਟ ਸੀ। ਸੋ ਲੋਕਾਂ ਦੁਆਰਾ ਵਾਇਰਲ ਜ਼ਰੂਰ ਉਸ ਚੀਜ਼ ਨੂੰ ਕੀਤਾ ਗਿਆ, ਕਈ ਲੋਕਾਂ ਨੇ ਟਵੀਟ ਕੀਤਾ, ਸੋ ਇਸ ਦੇ ਨਾਲ ਪੁਲਿਸ ਅਤੇ ਸਰਕਾਰ ਦੀ ਛਵੀ ਜ਼ਰੂਰ ਖਰਾਬ ਹੁੰਦੀ ਹੈ। ਸੋ ਪੁਲਿਸ ਦੇ ਆਲਾ ਅਧਿਕਾਰੀਆਂ ਦੇ ਜ਼ਰੂਰ ਇਹ ਚੀਜ਼ ਕਹਿਣੀ ਹੈ ਕਿ ਸਭ ਤੋਂ ਪਹਿਲਾਂ ਵੀਡੀਓ ਵਾਇਰਲ ਕਰਨ ਤੋਂ ਪਹਿਲਾਂ ਉਸਦੇ ਤੱਥਾਂ ਨੂੰ ਜ਼ਰੂਰ ਜਾਣ ਲਿਆ ਜਾਏ, ਤਾਂ ਕਿ ਲੋਕਾਂ ਦੇ ਵਿੱਚ ਕੋਈ ਗਲਤ ਫਹਿਮੀਆਂ ਨਾ ਪੈਦਾ ਨਾ ਹੋਣ। ਅਮਿਤ ਸ਼ਰਮਾ, ਪੰਜਾਬ ਤੱਕ, ਅੰਮ੍ਰਿਤਸਰ।